ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਕੌਰ ਸਵਾਗਤ ਕਰ ਰਹੀ ਹਾਂ ਤੁਹਾਡਾ ਸਾਰਿਆਂ ਦਾ ਡੇਲੀ ਡੋਜ਼ ਦੇ ਵਿੱਚ। ਤੇ ਡੇਲੀ ਡੋਜ਼ ਦੀ ਜਿਹੜੀ ਡੋਜ਼ ਆ, ਹਰ ਰੋਜ਼ ਹੀ ਕੁਛ ਨਾ ਕੁਛ ਡਿਫਰੈਂਟ ਹੁੰਦਾ। ਔਰ ਖਾਸ ਤੌਰ ਤੇ ਜਦੋਂ ਗੱਲ ਰੂਹ ਤੇ ਰੂਹਾਨੀਅਤ ਦੀ ਹੋਵੇ ਨਾ, ਤੇ ਮੈਨੂੰ ਲੱਗਦਾ ਕਿ ਇੱਕ ਡੋਜ਼ ਇਸ ਤਰ੍ਹਾਂ ਦੀ ਹੈ, ਸਾਰਿਆਂ ਦੀ ਫੇਵਰੇਟ ਡੋਜ਼, ਜ਼ਿੰਦਗੀ ਦੀ ਫੇਵਰੇਟ ਡੋਜ਼, ਉਹ ਹੈ ਯਾਰੀ ਦੋਸਤੀ ਦੀ ਡੋਜ਼। ਤੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਯਾਰੀ ਦੋਸਤੀ ਦੀਆਂ। ਔਰ ਇੱਕ ਫਿਲਮ ਆ ਰਹੀ ਹੈ ਬਈ, ਹਾਈ ਐਂਡ ਯਾਰੀਆਂ। ਇਸ ਫਿਲਮ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਮੇਰੇ ਦਿਲ ਵਿੱਚ, ਬਹੁਤ ਸਾਰੇ ਸਵਾਲ ਨੇ। ਔਰ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਹਾਡੇ ਸਵਾਲਾਂ ਦਾ ਮੋਸਟ ਵੈਲਕਮ ਹੈ। ਬਟ ਉਸ ਤੋਂ ਪਹਿਲਾਂ ਕਿ ਆਪਾਂ ਆਪਣੀ ਜਿਹੜੀ ਅਗਲੀ ਦੀ ਗੱਲਬਾਤ ਹੈਗੀ ਉਹਨੂੰ ਅੱਗੇ ਤੋਰੀਏ, ਤੁਹਾਨੂੰ ਮੈਂ ਰੂਬਰੂ ਕਰਾਉਣਾ ਚਾਹੁੰਦੀ ਹਾਂ ਜੀ ਇਸ ਫਿਲਮ ਦੇ ਡਾਇਰੈਕਟਰ ਔਰ ਇਸ ਫਿਲਮ ਦੀ ਕੋ ਸਟਾਰਸ ਜਿੰਨੇ ਵੀ ਹੈਗੇ ਨੇ। ਸਟਾਰਸ ਸਾਡੇ ਨਾਲ ਸਾਰੇ ਹੀ ਮੌਜੂਦ ਨੇ, ਬਟ ਵਾਰੀ ਵਾਰੀ ਤੁਹਾਡੇ ਨਾਲ ਆਪਾਂ ਤੁਹਾਡੀ ਜਾਣ ਪਹਿਚਾਣ ਜਿਹੜੀ ਕਰਵਾਵਾਂਗੇ। ਸਭ ਤੋਂ ਪਹਿਲਾਂ ਪੰਕਜ ਬਤਰਾ ਐਂਡ ਆਰੁਸ਼ੀ ਸ਼ਰਮਾ, ਬਹੁਤ ਬਹੁਤ ਸਵਾਗਤ ਹੈ ਸਰ ਐਂਡ ਮੈਮ ਤੁਹਾਡਾ ਦੋਨਾਂ ਦਾ। ਸੋ ਮੈਂ ਚਾਹੂੰਗੀ ਕਿ ਇਸ ਤੋਂ ਪਹਿਲਾਂ ਕਿ ਮੈਂ ਟ੍ਰੇਲਰ ਪਲੇ ਕਰਾਂ, ਤੁਸੀਂ ਕੁਛ ਨਾ ਕੁਛ ਟ੍ਰੇਲਰ ਬਾਰੇ ਜ਼ਰੂਰ ਕਹੋ। ਟ੍ਰੇਲਰ ਬਾਰੇ? ਅੱਛਾ, ਟ੍ਰੇਲਰ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਬੜਾ ਕੁਇਕੀ ਜਿਹਾ ਬਣਾਇਆ, ਬੜਾ ਯੂਥ ਬੇਸ ਬਣਾਇਆ, ਔਰ ਜੋ ਸਾਡੀ ਪਿਕਚਰ ਦਾ ਬੇਸਿਕ ਮੈਸੇਜ ਹੈਗਾ ਦੋਸਤੀ ਦੇ ਬਾਰੇ ਜੀ, ਸੋ ਟ੍ਰੇਲਰ ਉਸੀ 'ਤੇ ਹੈ। ਉਸ ਤੋਂ ਬਾਅਦ ਡਿਫਰੈਂਟ ਰਿਲੇਸ਼ਨਸ਼ਿਪਸ ਦੇ ਬਾਰੇ ਹੈਗਾ, ਸੋ ਆਈ ਥਿੰਕ ਤੁਹਾਨੂੰ ਟ੍ਰੇਲਰ ਜ਼ਰੂਰ ਪਸੰਦ ਆਏਗਾ। ਸਭ ਤੋਂ ਪਹਿਲਾਂ ਆਰੁਸ਼ੀ, ਹਾਂਜੀ, ਹਾਈ ਐਂਡ ਯਾਰੀਆਂ ਕਿੰਨੀਆਂ ਕੁ ਪੁੱਗੀਆਂ ਇਸ ਫਿਲਮ ਦੇ ਜ਼ਰੀਏ ਸਾਰੀ ਕਾਸਟ ਦੇ ਨਾਲ, ਖਾਸ ਤੌਰ ਤੇ ਪੰਕਜ ਸਰ ਦੇ ਨਾਲ? ਮੇਰੀ ਤਾਂ ਪਹਿਲਾ ਸ਼ੂਟ ਸੀਗਾ, ਯੂ ਨੋ, ਮੇਰੀ ਪਹਿਲੀ ਫਿਲਮ ਸੀ, ਅਤੇ ਮੇਰਾ ਐਕਸਾਈਟਮੈਂਟ ਲੈਵਲ ਵਾਸ ਔਨ ਅ ਡਿਫਰੈਂਟ, ਯੂ ਨੋ, ਲੈਵਲ ਆਲ ਟੁਗੈਦਰ। ਅਤੇ ਏ ਲਿਸਟਰ ਡਾਇਰੈਕਟਰ ਅਤੇ ਏ ਲਿਸਟਰ ਆਰਟਿਸਟ ਸਾਰੇ ਸੀਗੇ, ਅਤੇ ਆਈ ਵਾਸ ਵੈਰੀ ਐਕਸਾਈਟਡ ਐਂਡ ਆਈ ਥਿੰਕ ਮੈਂ ਥੋੜ੍ਹੀ ਜਿਹੀ ਨਰਵਸ ਸੀਗੀ ਕਿ ਯੂ ਨੋ ਪਤਾ ਨਹੀਂ ਕਿਹੋ ਜਿਹਾ ਹੋਊਗਾ, ਕੀ ਹੋਊਗਾ, ਬਿਕੋਜ਼ ਆਈ ਵਾਜ਼ ਮੀਟਿੰਗ ਐਵਰੀਬਡੀ ਫੋਰ ਦ ਫਸਟ ਟਾਈਮ। ਬਟ ਮੈਂ ਕਹੂੰਗੀ ਕਿ ਸਾਰੇ ਇੰਨੇ ਵਾਰਮ ਅਤੇ ਇੰਨੇ, ਯੂ ਨੋ, ਗੁੱਡ ਟੂ ਟਾਕ ਟੂ, ਦੈਟ ਆਈ ਨੈਵਰ ਫੈਲਟ ਕਿ ਮੈਂ ਨਿਊ ਹੂੰ। ਤੇ ਮੈਂ ਕਹੂੰਗੀ ਕਿ ਮੈਂ ਤੇ ਸਾਰਿਆਂ ਦੇ ਨਾਲ ਹੀ ਆਈ ਹੈਵ ਅ ਵੈਰੀ ਗੁੱਡ ਬੌਂਡ, ਹਾਈ ਐਂਡ ਯਾਰੀਆਂ ਦਾ ਬੌਂਡ ਬਣ। ਬਿਲਕੁਲ। ਆਲਰਾਈਟ, ਤੁਸੀਂ ਸਰ ਇਸ ਫਿਲਮ ਦਾ ਜਦੋਂ ਟਾਈਟਲ ਡਿਸਾਈਡ ਕੀਤਾ, ਮਤਲਬ ਕੋਈ ਚੀਜ਼ ਇਨਸਪਾਇਰ ਕੀਤੀ ਜਾਂ ਮਾਈਂਡ ਦੇ ਵਿੱਚ ਆਲਰੇਡੀ ਸੀ ਸਟੋਰੀ ਦੇ ਅਕੋਰਡਿੰਗ? ਨਹੀਂ, ਬੇਸਿਕਲੀ ਅਸੀਂ ਲੁੱਕ ਫਾਰਵਰਡ ਕਰ ਰਹੇ ਸੀਗੇ ਕਿ ਕੋਈ ਸਟੋਰੀ 'ਤੇ ਯਾਰੀਆਂ 'ਤੇ ਟਾਈਟਲ ਆਉਣਾ ਚਾਹੀਦਾ, ਸੋ ਔਰ ਯਾਰੀਆਂ ਦੇ ਨਾਲ ਕੁਛ ਇੱਦਾਂ ਦਾ ਟਾਈਟਲ ਆਉਣਾ ਚਾਹੀਦਾ ਜੋ ਥੋੜ੍ਹਾ ਜਿਹਾ ਐਕਸਾਈਟ ਕਰੇ, ਥੋੜ੍ਹਾ ਜਿਹਾ ਯੂਥ ਬੇਸ ਹੋਵੇ, ਸੋ ਉਹਦੇ ਨਾਲ ਇਹ ਟਾਈਟਲ ਬਹੁਤ ਮੈਚ ਕਰਦਾ ਸੀਗਾ, ਹਾਈ ਐਂਡ ਯਾਰੀਆਂ, ਸੋ ਆਪਾਂ ਇਹਨਾਂ ਨੂੰ ਲਿੱਤਾ। ਓਕੇ, ਅਤੇ ਜਿਹੜੀ ਹਾਈ ਐਂਡ ਯਾਰੀਆਂ ਦੀ ਮੇਨ ਕਾਸਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਰੁਸ਼ੀ ਦੀ ਗੱਲ ਕਰਦੇ ਹਾਂ, ਨਵੀਦ ਜੀ ਦੀ ਗੱਲ ਕਰਦੇ ਹਾਂ, ਜੱਸੀ ਗਿੱਲ, ਇਹ ਸਾਰੇ ਜਿਹੜੇ ਨੇ, ਜਿਵੇਂ ਇਹਨਾਂ ਦੀ ਗੱਲ ਕੀਤੀ ਕਿ ਸਾਰੇ ਏ ਰੇਟਡ ਐਕਟਰਸ ਨੇ, ਅਤੇ ਤੁਸੀਂ ਇਹ ਜਿਹੜੇ ਕਰੈਕਟਰ ਸੀਗੇ ਆਲਰੇਡੀ ਸੋਚੇ ਜਾਂ ਪਹਿਲਾਂ ਕਰੈਕਟਰ ਰੈਡੀ ਕੀਤਾ ਫਿਰ ਕਰੈਕਟਰ ਦੀ ਸ਼ੇਡਸ ਰੈਡੀ ਕੀਤੀਆਂ? ਨਹੀਂ, ਡੈਫੀਨੇਟਲੀ ਪਹਿਲੇ ਸਕ੍ਰਿਪਟ ਰੈਡੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਐਕਟਰਸ ਆਉਂਦੇ ਆ 1, 2, 3 ਆਪਸ਼ਨਸ ਦੇ ਵਿੱਚ, ਸੋ ਇਹ ਪਹਿਲੇ ਤਾਂ ਡੈਫੀਨੇਟਲੀ ਸਕ੍ਰਿਪਟ ਸੀਗੀ। ਬਹੁਤ ਟਾਈਮ ਤੋਂ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਔਰ ਮੈਂ ਚਾਹੁੰਦਾ ਸੀਗਾ ਕਿ ਮੈਂ ਪੰਜਾਬ 'ਚ ਜ਼ਿਆਦਾ ਮਲਟੀ ਸਟਾਰਰ ਫਿਲਮਾਂ ਬਣਦੀਆਂ ਨਹੀਂ ਹੈ, ਫਰੈਂਡਸ਼ਿਪ 'ਤੇ ਵੀ ਕੋਈ ਖਾਸ ਫਿਲਮ ਬਣੀ ਨਹੀਂ ਹੋਈ ਸੀਗੀ, ਸੋ ਦਾ ਆਈਡੀਆ ਇਜ਼ ਦਿਸ ਕਿ ਕੁਛ ਇੱਦਾਂ ਯਾਰੀ ਦੋਸਤੀ 'ਤੇ ਇੱਕ ਮਲਟੀ ਸਟਾਰਰ ਫਿਲਮ ਬਣਾਈ ਜਾਏ, ਸੋ ਬਾਈ ਦਾ ਗੋਡ ਗ੍ਰੇਸ ਸਾਰੇ ਐਕਟਰਸ ਨੂੰ, ਕੁੜੀਆਂ ਨੂੰ ਕਹਾਣੀ ਔਰ ਆਪਣੇ ਕੈਰੇਕਟਰਸ ਬਹੁਤ ਪਸੰਦ ਆਏ ਅਤੇ ਸਾਰਿਆਂ ਨੇ ਹਾਂ ਵੀ ਕਰਤੀ, ਈਜ਼ੀਲੀ ਹਾਂ ਕਰਤੀ। ਜੀ ਬਿਲਕੁਲ। ਆਲਰਾਈਟ, ਜਦੋਂ ਆਪਾਂ ਮਲਟੀ ਸਟਾਰਰ ਫਿਲਮ ਕਰਦੇ ਹਾਂ, ਸਭ ਤੋਂ ਔਖੀ ਚੀਜ਼ ਜੋ ਮੈਨੂੰ ਲੱਗਦਾ ਕਿ ਕਰੈਕਟਰ ਦੀਆਂ ਜਿਹੜੀਆਂ ਸ਼ੇਡਸ ਨੇ ਇੱਕ ਦੂਸਰੇ ਕਰੈਕਟਰ ਦੇ ਨਾਲ ਬਿਲਕੁਲ ਮੈਚ ਨਾ ਕਰਨ, ਉਹਦੇ 'ਤੇ ਖਾਸ ਧਿਆਨ ਦੇਣਾ ਪੈਂਦਾ। ਸੋ ਤੁਸੀਂ ਇਸ ਫਿਲਮ ਦੇ ਵਿੱਚ ਇਹ ਜਿਹੜੀ ਤਿੰਨ ਫਰੈਂਡਸ ਦੀ ਸਟੋਰੀ ਹੈ, ਤਿੰਨ ਨਾਲ ਉਹਨਾਂ ਦੀਆਂ ਫੀਮੇਲ ਫਰੈਂਡ ਸੀਗੀਆਂ, ਇਸ ਦੇ ਵਿੱਚ ਕਿਵੇਂ ਡਿਫਰੈਂਸ਼ੀਏਟ ਕੀਤਾ, ਸਪੈਸ਼ਲੀ ਜਦੋਂ ਸਟਾਰਕਾਸਟ ਦੀ ਗੱਲ ਕਰਦੇ, ਕਰੈਕਟਰਸ ਦੀ ਗੱਲ ਕਰਦੇ? ਨਹੀਂ, ਕਰੈਕਟਰਸ ਦੇ ਨਾਲ ਬੜਾ ਸਿੰਪਲ ਲੌਜਿਕ ਹੈ। ਜਦੋਂ ਤੁਸੀਂ ਕਹਾਣੀ ਕਹਿੰਦੇ ਹੋ, ਅਗਰ ਅੱਜ ਮੈਂ ਪੰਜਾਬੀ ਪਿਕਚਰ ਬਣਾ ਰਿਹਾ ਤਾਂ ਪੰਜਾਬੀ, ਅਗਰ ਪੰਜਾਬੀ ਫਿਲਮ ਹੈ, ਇੱਥੇ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਹੈ, ਪਰ ਸਾਡੀ ਅਗਰ ਪੰਜਾਬੀ ਫਿਲਮ ਦੇਖਣ ਆਉਣਗੇ ਤਾਂ ਉਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੋਣਾ ਚਾਹੀਦਾ ਹੈ ਕਿ ਉਹ ਕਰੈਕਟਰਸ ਪੰਜਾਬੀ ਹੋਣ, ਉਹ ਕਰੈਕਟਰਸ ਜਦੋਂ ਆਪਾਂ ਦੇਖਣ ਜਾਈਏ ਤਾਂ ਸਾਨੂੰ ਆਪਣੇ ਲੱਗਣ। ਸੋ ਦਾ ਆਈਡੀਆ ਇਜ਼ ਦਿਸ ਕਿ ਇਹ ਤਿੰਨੋਂ 6 ਕਰੈਕਟਰਸ ਬੜੇ ਆਪਣੇ ਹੈਗੇ ਹੈ, ਕੋਈ ਉੱਥੇ ਬੋਰਨ ਬੋਟਅਪ ਹੈ, ਉੱਥੇ ਦੀ ਕੋਈ ਪੰਜਾਬਣ ਹੈ, ਕੋਈ ਇੱਥੋਂ ਸਟੱਡੀ ਬੇਸ 'ਤੇ ਗਏ ਹੈ, ਇੱਕ ਕੋਈ ਬਠਿੰਡਾ ਦੇ ਆਸ ਪਾਸ ਕਿਤੇ ਪਿੰਡ 'ਚ ਰਹਿੰਦਾ ਹੈ, ਕੋਈ ਚੰਡੀਗੜ੍ਹ ਦਾ ਹੈ। ਸੋ ਜਦੋਂ ਤੁਸੀਂ ਇਹ ਦੇਖੋਗੇ ਤਾਂ ਸਾਰੇ ਰਿਲੇਟੇਬਲ ਲੱਗਣਗੇ ਕਰੈਕਟਰਸ। ਓਕੇ ਅਰਸ਼ੀ, ਤੁਹਾਨੂੰ ਜਦੋਂ ਤੁਹਾਡਾ ਕਰੈਕਟਰ ਡਿਫਾਈਨ ਕੀਤਾ ਗਿਆ ਇਸ ਫਿਲਮ ਦਾ, ਕੀ ਰਿਐਕਸ਼ਨ ਸੀ ਤੁਹਾਡਾ? ਮਤਲਬ ਕੋਈ ਸੈਕਿੰਡ ਥਾਟ ਸੀ ਜਾਂ ਆਲਰੇਡੀ ਵਾਸ ਲਾਈਕ ਮੈਂ ਤਾਂ ਇਹ ਕਰਨੀ ਹੈ ਵੀ ਮੇਰੀ ਕਹਾਣੀ ਹੈ? ਮੈਂ ਤਾਂ ਹੀ ਕਹਿਤਾ ਸੀ ਮੈਂ ਕਰਨੀ ਹੈ ਜਦੋਂ ਪੰਕਜ ਸਰ ਨੇ ਫੋਨ ਕੀਤਾ ਸੀਗਾ। ਬਟ ਵੈਨ ਆਈ ਮੈਟ ਹਿਮ, ਸਰ ਨੇ ਕਿਹਾ ਕਿ ਮੈਨੂੰ ਪਤਾ ਤੂੰ ਕਿਹੜੇ ਕਰੈਕਟਰ 'ਚ ਫਿੱਟ ਹੋਏਗੀ,
So I was like, sir, tusi dasso, you know, tell me the other characters as well. So like, nahi nahi nahi, tu NRI play karenge and you fit perfectly well for that character. Te mainu bhi lagya jadon sir ne explain kita ke, you know, what exactly are the characteristics of my character. Te mainu lagya ke nahi, main bahut apni real life main jidda hoon, hai na, mera character bhi odda da hi hai. So I could relate. Okay, te jehda thoda real life da tusi kya thode naal relate karda hai, koi is tarah da scene jehda thonu lagda hai ki film de vich hai aur meri ਇਸ ਇਨਸੀਡੈਂਟ ਦੇ ਨਾਲ ਰਿਲੇਟ ਕਰਦਾ ਹੈ। ਅਗਲਾ ਵਧੀਆ ਸਵਾਲ ਕਰ ਰਿਹਾ ਮੈਡਮ। ਆਈ ਮੀਨ ਜਿੱਦਾਂ ਦੀ ਮੇਰੀ ਮੈਂ ਨਿੰਜਾ ਦੇ ਆਪੋਜ਼ਿਟ ਹੂੰ ਹਨਾ ਤੇ ਉਹ ਵਾਓ ਇਹ ਮੈਨੂੰ ਪਤਾ ਨਹੀਂ ਸੀ ਵੈਸੇ। ਯਾ ਤੇ ਮੇਰੀ ਤੇ ਨਿੰਜਾ ਦੀ ਜਿਹੜੀ ਕੈਮਿਸਟਰੀ ਔਨ ਸਕਰੀਨ ਹੈ ਉਹ ਨੋਕ ਜੋਕ ਵਾਲੀ ਤੇ ਯੂ ਨੋ ਜਿੱਦਾਂ ਬੈਸਟ ਫਰੈਂਡਸ ਹੁੰਦੇ ਨੇ ਤੰਗ ਕਰਨਾ ਬਟ ਆਲਸੋ ਕੇਅਰਿੰਗ। ਸੋ ਆਈ ਥਿੰਕ ਉਦਾਂ ਦਾ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਕਿ ਮੈਂ ਵਿਦ ਮਾਈ ਬੈਸਟ ਫਰੈਂਡਸ ਆਈ ਹੈਵ ਅ ਫਾਈਟ ਬਟ ਆਈ ਆਲਸੋ ਕੇਅਰ ਐਂਡ ਆਲ ਆਫ ਦੈਟ। ਤੋ ਬੜੀ ਸਾਰੀ ਸਿਚੁਏਸ਼ਨਸ ਐ ਸੀ। ਮਤਲਬ ਕਿ ਅਰੁਸ਼ੀ ਰੀਅਲ ਲਾਈਫ ਚ ਲੜਾਕੀ ਹੈ ਅਸੀਂ ਇਹ ਮੰਨੀਏ। ਹਾਂ ਮੰਨ ਲਓ ਮੈਂ ਅਸੀਂ ਮੰਨੀਏ ਕਿ ਹੈ ਪੰਜਾਬੀ ਕੁੜੀਆਂ ਲੜਾਕੀਆਂ ਹੀ ਹੋਣੀਆਂ ਚਾਹੀਦੀਆਂ। ਕੁੜੀਆਂ ਲੜਾਕੀਆਂ ਹੋਣੀ ਚਾਹੀਦੀ ਹੈ। ਮੈਂ ਥੋੜੀ ਲੱਗ ਰਿਹਾ ਪੰਜਾਬੀ ਕੁੜੀਆਂ ਲੜਾਕੀਆਂ ਹੀ ਹੋਣੀਆਂ ਚਾਹੀਦੀਆਂ। ਇਹਨਾਂ ਇਹਨਾਂ ਪੋਜ਼ਿਟਿਵ ਹੋਏ ਨਾ ਉਹਨਾਂ ਨੈਗੇਟਿਵ ਹੋਏ। ਫਿਰ ਇਹਨਾਂ ਦਾ ਕੋਈ ਗੁੱਸੇ ਵਾਲਾ ਸੀਨ ਸੈੱਟ ਤੇ ਕਦੇ ਤੁਹਾਨੂੰ ਮਨਾਣਾ ਪਿਆ ਹੋਵੇ ਅਰੁਸ਼ੀ? ਮੈਂ ਤਾਂ ਰੋਜ਼ ਮਨਾਇਆ ਸਰ। ਕਦੀ ਨਹੀਂ ਸਰ। ਸਰ ਇਹਨਾਂ ਸੱਚ ਨਾ ਬੋਲੋ, ਮੈਂ ਹੋਰ ਫਿਲਮਾਂ ਕਰਨੀਆਂ। ਸੱਚ ਬੋਲੋ, ਮੈਂ ਕਰਨੀ ਹੈ। ਨਹੀਂ ਚਲੋ ਸੱਚ ਇਹ ਹੈ ਕਿ ਵੈਰੀ ਮਤਲਬ ਸਾਰਿਆਂ ਵਾਸਤੇ ਅਰੁਸ਼ੀ ਤਾਂ ਹੈ ਹੀ ਹੈ, ਬਾਕੀ ਸਾਰੇ ਵੀ ਮਤਲਬ ਅਬ ਅਸੀਂ ਸਾਰਿਆਂ ਨੇ ਬਹੁਤ ਫੈਮਿਲੀ ਦੇ ਤੌਰ 'ਤੇ ਕੰਮ ਕੀਤਾ। ਸਾਨੂੰ ਸਾਰਿਆਂ ਨੇ ਇੱਕ ਦੂਜੇ ਨੂੰ ਤਕਲੀਫ ਵੀ ਬਹੁਤ ਦਿੱਤੀ ਹੈ। ਲੜਦੇ ਝਗੜਦੇ ਲੇਟ ਆਉਂਦੇ ਟਾਈਮ 'ਤੇ ਆਉਂਦੇ, ਬਟ ਸਭ ਤੋਂ ਅੱਛੀ ਗੱਲ ਇਹ ਸੀਗੀ ਕਿ ਸਾਰੇ ਦਿਲ ਤੋਂ ਇਸ ਪਿਕਚਰ ਨਾਲ ਜੁੜੇ ਹੋਏ ਸੀਗੇ ਔਰ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਓਕੇ, ਤੇ ਸਭ ਤੋਂ ਵੱਧ ਤੰਗ ਕਿਨੇ ਕੀਤਾ? ਸਾਰੇ ਆਲਮੋਸਟ। ਓ ਮਾਈ ਗੋਡ, ਇੱਕ ਹੋਰ ਸੱਚ ਹੈ ਅਰਸ਼ੀ ਹੁਣ ਨਹੀਂ 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 ਇਹ ਝੂਠ ਹੈ। ਤੁਸੀਂ ਬਾਕੀ ਸਾਰਿਆਂ ਨੂੰ ਮਿਲੋਗੇ ਉਹ ਦੱਸਣਗੇ ਕਿ ਤੰਗ ਕਿੰਨੇ ਕਿੰਨੇ ਕੀਤਾ ਹੈ। ਬਾਕੀ ਡਾਇਰੈਕਟਰ ਨੇ ਇਹਨਾਂ ਨੇ ਬਾਕੀਆਂ ਨੂੰ ਕੀਤਾ, ਬਾਕੀ ਡਾਇਰੈਕਟਰ ਨੇ ਵੀ ਇਨਕਲੂਡਿੰਗ ਮੀ। ਕੋਲਟਨ ਰੋਜ਼ ਦਾ 6 ਵਜੇ ਦਾ ਹੁੰਦਾ ਸੀਗਾ ਤੇ ਕੌਣ ਤੰਗ ਕਰਦਾ? ਓ ਮਾਈ ਗੋਡ। ਤੇ ਫਿਰ ਸਭ ਤੋਂ ਵੱਡਾ ਜਿਹੜਾ ਤੁਹਾਡਾ ਸ਼ਡਿਊਲ ਚੱਲਿਆ, ਬਿਕੋਜ਼ ਜਦੋਂ ਤੱਕ ਮੈਨੂੰ ਲੱਗਦਾ ਹੈ ਕਿ ਕੁਝ ਡੇਜ਼ ਫਿਕਸ ਹੁੰਦੇ ਨੇ ਕਿ ਇਹਨੇ ਦਿਨ ਜਿਹੜਾ ਸ਼ੂਟ ਆ ਚੱਲਣਾ, ਡੇ ਐਂਡ ਨਾਈਟ ਕਿੰਨੇ ਸੀਗੇ ਔਰ ਸਭ ਤੋਂ ਵੱਧ ਟਾਇਰਿੰਗ ਜਿਹੜਾ ਸੀਨ ਸੀ ਉਹ ਕਿਹੜਾ ਸੀਗਾ ਤੁਹਾਡੇ ਦੋਨਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਲਈ ਸ਼ੂਟ ਕਰਨ ਦੇ ਲਈ ਔਰ ਉਹਨਾਂ ਦੇ ਲਈ ਸੀਨ ਕਰਨ? ਨਹੀਂ, ਮੈਂ ਵੈਸੇ ਤਾਂ ਮੈਂ ਆਲਸੀ ਬੰਦਾ ਸੋ ਨਾਈਟ ਸ਼ੂਟ ਜਦੋਂ ਵੀ ਹੋਏਗਾ ਉਹ ਮੈਨੂੰ ਤਾਂ ਐਂ ਲੱਗੇਗਾ ਕਿ ਅੱਛਾ ਨਾਈਟ ਚਲੋ ਨਿਕਲਦੇ ਹਾਂ, ਮੂਡ ਬਣਾਉਂਦੇ ਹਾਂ, ਪਹੁੰਚਦੇ ਹਾਂ। ਸੋ ਔਰ ਜਦੋਂ ਆਪਾਂ ਇੰਗਲੈਂਡ ਸ਼ੂਟ ਕਰ ਰਹੇ ਸੀਗੇ ਉਹ ਲੌਂਗ ਡੇਜ਼ ਹੈ, ਮਤਲਬ ਉੱਥੇ ਰਾਤ ਨੂੰ 10 ਵਜੇ ਹਨੇਰਾ ਪੈਂਦਾ। ਸੋ ਜੋ ਕੁਛ ਥੋੜ੍ਹੇ ਬਹੁਤ ਨਾਈਟ ਦੇ ਸੀਕੁਐਂਸਿਸ ਸੀਗੇ, ਲਾਈਕ ਇੱਕ ਇੱਕ ਫਿਲਮ 'ਚ ਪੂਰੀ ਰਾਤ ਚੱਲਦੀ ਹੈ, ਉਹਦੇ ਦੇ ਵਿੱਚ ਮਤਲਬ ਇਹਦਾ ਹੀ ਅਗਰ ਸੀਨ ਦੀ ਗੱਲ ਕਰੀਏ ਜੋ ਟ੍ਰੇਲਰ 'ਚ ਵੀ ਹੈ ਕਿ ਉਹ ਪੌੜੀ 'ਤੇ ਚੜ੍ਹ ਕੇ ਇਹਦੇ ਨਾਲ ਖਿੜਕੀ ਖੋਲ੍ਹ ਕੇ ਰਾਤ ਨੂੰ ਗੱਲ ਕਰ ਰਿਹਾ ਔਰ ਉੱਥੇ ਓਵਰਸੀਜ਼ ਹੈ, 9-10 ਵਜੇ ਤੱਕ 8 ਵਜੇ ਤੱਕ ਲੋਕ ਸੋ ਜਾਂਦੇ ਆ, ਉਸ ਤੋਂ ਬਾਅਦ ਤੁਸੀਂ ਲਾਈਟਰ ਲਾ ਕੇ ਸੀਨ ਸ਼ੁਰੂ ਕੀਤਾ, ਹੀਰੋ ਨੂੰ ਪੌੜੀ 'ਤੇ ਚੜ੍ਹਾਇਆ, ਉਹ ਸ਼ਰਾਬੀ ਹੈ। ਸੋ ਉਹ ਸਾਰੀਆਂ ਚੀਜ਼ਾਂ ਇੰਟਰਸਟਿੰਗ ਵੀ ਸੀਗੀਆਂ। ਸੋ ਮਜ਼ਾ ਵੀ ਆਇਆ। ਓ ਇਨ ਸ਼ਾਰਟ ਕਿ ਦੇਖੋ ਜਿੰਨਾ ਫਿਲਮ ਦੇਖਣ 'ਚ ਸਾਡੇ ਵਿਊਅਰਸ ਨੂੰ ਮਜ਼ਾ ਆਊਗਾ ਉਨਾ ਹੀ ਸ਼ੂਟ ਕਰਨ ਦੇ ਵਿੱਚ ਤੁਹਾਨੂੰ ਟੀਮ ਨੂੰ ਮਜ਼ਾ ਆਇਆ। ਬਿਲਕੁਲ ਬਿਲਕੁਲ ਬਿਲਕੁਲ। ਆਲਰਾਈਟ, ਅੱਛਾ ਇਸ ਟਾਈਮ ਹੋ ਗਿਆ ਬ੍ਰੇਕ ਦਾ, ਆਪਾਂ ਛੋਟੇ ਜਿਹਾ ਬ੍ਰੇਕ ਲੈ ਰਹੇ ਹਾਂ ਤੇ ਵਾਪਸ ਆਵਾਂਗੇ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਜਸ ਪੰਜਾਬੀ ਨਾਲ। ਵੈਲਕਮ ਬੈਕ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਡੇਲੀ ਡੋਜ਼। ਤੁਸੀਂ ਦੇਖ ਰਹੇ ਹੋ ਤੇ ਸਾਡੇ ਨਾਲ ਅੱਜ ਦੀ ਜਿਹੜੀ ਡੋਜ਼ ਹੈ ਜੀ ਉਹ ਹੈ ਹਾਈ ਐਂਡ ਯਾਰੀਆਂ ਦੀ ਇਹ ਟੀਮ ਜਿਹੜੀ ਇਸ ਵਕਤ ਸਾਡੇ ਨਾਲ ਮੌਜੂਦ ਹੈ ਔਰ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਫਿਲਮ ਦੀਆਂ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਆਪਣਾ ਹਾਈ ਐਂਡ ਯਾਰ ਕੌਣ ਹੈ? ਮੇਰਾ ਆਪਣਾ ਹਾਈ ਐਂਡ ਯਾਰ ਮੇਰਾ ਇੱਕ ਸਕੂਲਮੇਟ ਹੈ। ਓਕੇ। ਸੋ ਮੇਰੇ ਬਹੁਤ ਜ਼ਿਆਦਾ ਮਤਲਬ ਦੋਸਤ ਹੁੰਦੇ ਨਹੀਂ ਬਟ ਉਹ ਮੇਰੇ ਨਾਲ 5th ਸਟੈਂਡਰਡ ਤੋਂ ਮੇਰੇ ਨਾਲ ਹੈ। ਦੇਖੋ ਬਹੁਤ ਜ਼ਿਆਦਾ ਦੋਸਤ ਹੁੰਦੇ ਨਹੀਂ ਪਰ ਫਿਰ ਵੀ ਫਿਲਮ ਬਣ ਰਹੀ ਹੈ ਹਾਈ ਐਂਡ ਯਾਰੀਆਂ। ਹਾਂ ਮਤਲਬ ਇਸ ਕਰਕੇ ਦੋਸਤਾਂ ਦੀ ਵੈਲਿਊ ਪਤਾ ਹੈ ਇਸ ਕਰਕੇ। ਓਕੇ ਵਾਓ ਜੀ। ਅੱਛਾ ਤੁਸੀਂ ਗੱਲ ਸੁਣਾ ਰਹੇ ਸੀ ਉਹਨਾਂ ਦੀ? ਹਾਂ ਤੇ ਉਹ ਮੇਰਾ ਫਰੈਂਡ ਹੈ ਔਰ ਇਹ ਜਿਹੜਾ ਅੱਛਾ ਪੰਚ ਹੈਗਾ ਪੰਡਤ ਵਾਲਾ ਉਹ ਯੂਜ਼ ਕਰਦਾ ਹੁੰਦਾ, ਉਹਦਾ ਨਾਮ ਅਮਿਤ ਸ਼ਰਮਾ ਹੈਗਾ ਐਕਚੁਅਲੀ। ਸੋ ਜਿਹੜਾ ਜ਼ਿਆਦਾਤਰ ਨਿੰਜਾ ਦਾ ਕੈਰੇਕਟਰ ਹੈਗਾ ਉਹ ਉਸ ਤੋਂ ਇੰਸਪਾਇਰ ਹੈਗਾ, ਉਹ ਅੱਜ ਵੀ ਵਿਚਾਰਾ ਇੱਦਾਂ ਦਾ ਚੰਡੀਗੜ੍ਹ ਰਹਿੰਦਾ, ਇੱਥੇ ਕੁਛ ਠੀਕ ਠਾਕ ਜਿਹਾ ਇੱਕ ਕੰਮ ਕਰਦਾ। ਸੋ ਉਹ ਮੇਰਾ ਬਹੁਤ ਪੁਰਾਣਾ ਫਰੈਂਡ ਹੈ, ਮਤਲਬ ਇਕਲੌਤਾ ਫਰੈਂਡ ਹੋਊਗਾ ਸ਼ਾਇਦ, ਬਾਕੀ ਤਾਂ ਸਾਰੇ ਕੋਈ ਕਿੱਥੇ ਚਲਾ ਗਿਆ ਕਿੱਥੇ ਚਲਾ ਗਿਆ ਜੀ। ਬਟ ਮੈਂ ਉਹਨੂੰ ਅਕਸਰ ਇੱਥੇ ਆਉਂਦਾ ਮਿਲਦਾ ਰਹਿੰਦਾ। ਸੋ ਓਕੇ, ਯਾਨੀ ਕਿ ਕੈਰੈਕਟਰ ਦੀ ਸ਼ੇਡ ਜਿਹੜੀ ਜ਼ਿਆਦਾ ਕ੍ਰੀਏਟ ਕਰਨ ਦੇ ਵਿੱਚ ਦਿੱਕਤ ਨਹੀਂ? ਨਾ ਨਾ, ਸਾਰੇ ਇੱਧਰ ਉੱਧਰ
ਮਤਲਬ ਰੀਅਲ ਲਾਈਫ ਦੇ ਚੱਕੇ ਹੋਏ ਕੈਰੈਕਟਰਸ ਨੇ, ਜਦੋਂ ਤੁਸੀਂ ਸਾਰਿਆਂ ਨੂੰ ਦੇਖੋਗੇ ਤੁਹਾਨੂੰ ਲੱਗੇਗਾ ਇਹ ਸਾਡੇ ਆਪਣੇ ਹੈ। ਓਕੇ ਯਾਰ ਰਿਸ਼ੀ, ਇਹੀ ਸਵਾਲ ਮੇਰਾ ਤੁਹਾਡੇ ਤੋਂ ਹੈ। ਤੁਸੀਂ ਆਪੋਜ਼ਿਟ ਦੱਸਣਾ ਕਿ ਤੁਹਾਡਾ ਕਮੀਨੀ ਫਰੈਂਡ ਲਿਸਟ ਦੇ ਵਿੱਚ, ਕਮੀਨੇ ਫਰੈਂਡ ਲਿਸਟ ਦੇ ਵਿੱਚ ਕਿਹੜਾ ਕਿਹੜਾ ਸਵਾਲ ਹੈ ਇਹਦੇ ਵਿੱਚ ਕਿ ਕੌਣ ਸੀ ਉਹ? ਉਹ ਹਿੰਦੀ 'ਚ ਗਾਣਾ ਸੀਗਾ ਨਾ, ਹਰ ਇੱਕ ਫਰੈਂਡ ਕਮੀਨਾ ਹੋਤਾ ਹੈ, ਤੋ ਜ਼ਰੂਰੀ ਹੋਤਾ ਹੈ ਯਾ, ਐਂਡ ਦੋਸਤ ਵੀ ਹੈ ਕਿਉਂਕਿ ਯੂ ਨੋ ਤੁਸੀਂ ਪਿਆਰ ਕਰਦੇ ਹੋ, ਤੇ ਕਮੀਨੇ ਤੇ ਸਾਰੇ ਹੁੰਦੇ ਨੇ, ਸਾਰੇ ਮਤਲਬ ਸਾਰੇ ਦੋਸਤ ਕਮੀਨੇ ਹੁੰਦੇ ਨੇ। ਮਾਈ ਗੋਡ, ਇਹ ਵੀ ਇੱਕ ਸੱਚ ਹੋ ਗਿਆ ਨਾ? ਉਹਦੇ ਵਿੱਚ ਮੈਂ ਚਾਹੂੰਗੀ ਕਿ ਤੁਸੀਂ ਜ਼ਰੂਰ ਦੱਸੋ ਕਿ ਉਹ ਜਿਹੜਾ ਬ੍ਰੇਕ ਆ ਐਕਚੁਅਲੀ ਉਹਦਾ ਕੀ ਰੀਜ਼ਨ ਹੈ, ਬਾਕੀ ਦੀ ਕਹਾਣੀ ਅਸੀਂ ਫਿਲਮ ਦੇ ਵਿੱਚ ਦੇਖਾਂਗੇ। ਇਹ ਜਿਹੜਾ ਟਵਿਸਟ ਹੈ ਥੋੜਾ ਜਿਹਾ ਸ਼ੇਅਰ ਹੋਣਾ ਬਣਦਾ ਸਾਰਾ ਨੁਕਸਾਨ ਕਰਾਉਂਦਾ ਹੈ। ਪਿਕਚਰ ਦੱਸ ਦੇਣੀ ਮੈਂ, ਨਹੀਂ ਨਹੀਂ ਉਹ ਰਹਿਣ ਦਿਓ। ਉਹ ਇੱਕ ਬਹੁਤ ਅੱਛਾ ਪੁਆਇੰਟ ਹੈ ਜਿਹੜਾ ਮੈਂ ਬਹੁਤ ਛੁਪਾ ਕੇ ਰੱਖਿਆ ਹੋਇਆ। ਇਹ ਵੀ ਰੀਅਲ ਲਾਈਫ ਤੋਂ ਇਨਸਪਾਇਰ ਹੈ? ਹਾਂ, ਇੱਦਾਂ ਦੀ ਹੁੰਦੀ ਹੈ ਜਨਤਾ ਸਾਡੇ 'ਚ। ਸੋ ਉਹ ਨਾ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਬਹੁਤ ਮਜ਼ਾ ਆਏਗਾ। ਮੈਨੂੰ ਲੱਗਦਾ ਉਹ ਇੱਕ ਪੁਆਇੰਟ ਹੈ ਥੋੜਾ ਜਿਹਾ, ਇਹੀ ਇੱਕ ਮੇਨ ਪੁਆਇੰਟ ਹੈ ਨਾ? ਹਾਂਜੀ ਹਾਂਜੀ ਹਾਂਜੀ। ਓਕੇ, ਸਾਡੇ ਨਾਲ ਇੱਕ ਕਾਲਰ ਨੇ, ਆਪਾਂ ਇਹਨਾਂ ਦਾ ਸਵਾਲ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਤੇ ਮੈਂ ਬੱਚਿਆਂ ਨੂੰ ਬਹੁਤ ਬਹੁਤ ਪਿਆਰ। ਥੈਂਕ ਯੂ ਸੋ ਮਚ ਗੁਰਦੀਪ ਸਿੰਘ ਜੀ। ਸਰ ਕੀ ਸਵਾਲ ਹੈ ਤੁਹਾਡਾ? ਮੇਰਾ ਇਹ ਜਿਹੜੀ ਵਿੱਚ ਇੱਕ ਉਂਗਲੀ ਨਹੀਂ ਦਿਖਾਲਦਾ ਇੱਕੋ ਐਕਟਰ ਦੂਜੇ ਨੂੰ ਦਿਖਾਲਦਾ ਇੱਦਾਂ ਉਂਗਲੀ, ਉਂਗਲੀ ਨਾਲ ਬੜੇ ਪੁਆੜੇ ਪੈਂਦੇ ਆ। ਔਰ ਮੈਂ ਸੱਚੀ ਗੱਲ ਸੁਣਾਉਣਾ ਜੀ, ਪਤਾ ਨਹੀਂ ਕਿੱਥੋਂ ਉਹ ਕਨਸੈਪਟ ਵਿੱਚ ਭਰਿਆ ਕਿ ਉਹ ਮੇਰੇ ਨਾਲ ਸੱਚੀ ਬੀਤੀ ਆ ਉਂਗਲੀ ਦੀ ਗੱਲ, ਮੈਂ ਤੁਹਾਨੂੰ ਦੱਸਦਾ ਸ਼ੋਰਟ ਦੇ ਵਿੱਚ। ਜੀ ਜ਼ਰੂਰ। ਮੈਂ ਆਰਮੀ ਦੇ ਵਿੱਚੋਂ ਪਹਿਲੀ ਵਾਰੀ ਪਾਸ ਆਊਟ ਹੋ ਕੇ, ਉਦੋਂ ਮੈਂ 18-19 ਸਾਲਾਂ ਦਾ ਯੰਗ ਮੁੰਡਾ ਸੀ, ਹੁਣ ਤਾਂ ਮੈਂ 68 ਸਾਲ ਦਾ ਜੀ ਜੀ, ਤੇ 77 ਦੀ ਗੱਲ ਆ। ਮੈਂ ਮੈਨੂੰ ਉਹਨੇ ਪੋਸਟਿੰਗ ਕਰ ਦਿੱਤਾ ਯੂਨਿਟ ਦੇ ਵਿੱਚ ਮਰਾਠਿਆਂ ਦੀ ਜੀ, ਤੇ ਪਹਿਲੀ ਰਾਤ ਮੈਂ ਸੌ ਕੇ ਸਵੇਰੇ ਉੱਠ ਕੇ ਇਸ਼ਨਾਨ ਕਰਨ ਗਿਆ ਬਾਹਰ, ਤੇ ਉਹ ਟੂਟੀਆਂ ਲੱਗੀਆਂ ਸੀ ਉੱਥੇ, ਕੋਈ ਵੀ ਆ ਕੇ ਬਾਹਰ ਇਸ਼ਨਾਨ ਕਰਦਾ ਸੀ। ਮੈਂ ਕਰਕੇ ਜੇ ਤੌਲੀਏ ਨਾਲ ਸਾਫ਼ ਹੀ ਕਰ ਰਿਹਾ ਸੀ ਤਾਂ ਇੱਕ ਮਰਾਠਾ ਆਇਆ, ਉਹ ਮਰਾਠਾ ਹੀ ਸੀ ਸਾਰੇ ਉੱਥੇ, ਮੈਂ ਪੰਜਾਬੀ ਸੀ ਜੀ, ਤੇ ਉਹ ਕਹਿੰਦਾ ਅੰਗਲ ਕੇਲੀ ਕਾ ਹੈ ਜੀ। ਮੈਂ ਕਿਹਾ, ਮੈਂ ਇਕਦਮ ਹੱਕਾ ਪੱਕਾ ਰਹਿ ਗਿਆ, ਇਹ ਮੈਂ ਕਿਹਾ ਤੂੰ ਮੈਨੂੰ ਕਿੱਦਾਂ ਕਿਹਾ, ਤੂੰ ਉਂਗਲੀ ਲੈ ਲਈ? ਮੈਂ ਕਿਹਾ ਇਹ ਤਾਂ ਗਾਲੀ ਹੈ, ਇਹਨੇ ਗਾਲੀ ਕੱਢੀ, ਮੇਰਾ ਤਾਂ ਰੰਗ ਗੁੱਸੇ 'ਚ ਲਾਲ ਹੋ ਗਿਆ। ਮੈਂ ਕਿਹਾ ਇਹ ਮੈਨੂੰ ਕਿੱਦਾਂ ਕਹਿ ਸਕਦਾ ਉਂਗਲ ਲੈ ਲਈ? ਉਹ ਕਹਿੰਦਾ ਅੰਗਲ ਕੇਲੀ ਕਾ ਹੈ, ਅੰਗਲ ਕੇਲੀ ਕਾ ਹੈ ਦਾ ਮਤਲਬ ਤੂੰ ਇਸ਼ਨਾਨ ਕਰ ਲਿਆ, ਉਹਦਾ ਮਤਲਬ ਇਹ ਸੀ ਜੀ ਜੀ ਜੀ। ਓਕੇ, ਫਰਕ ਪੈ ਗਿਆ ਜੀ, ਮੈਂ ਸਮਝਿਆ ਇਹਨੇ ਮੈਨੂੰ ਕਹਿਤਾ ਤੂੰ ਉਂਗਲੀ ਲੈ ਲਈ, ਮਤਲਬ ਗਾਲੀ ਕੱਢੀ, ਪੰਜਾਬੀ ਜੀ ਨੂੰ ਗਾਲੀ ਮੰਨਿਆ ਜਾਂਦਾ ਜੀ, ਤੇ ਮੈਨੂੰ ਬੜਾ ਹਾਸਾ ਆਇਆ ਦੇਖ ਕੇ ਉਹਦੇ ਵਿੱਚ, ਤੇ ਉਹਨੂੰ ਮੈਂ ਫੜ ਕੇ ਜੀ ਫੈਂਟਿਆ, ਉਹ ਫੈਂਟਿਆ ਬਿਨਾ ਮਤਲਬ ਜਾਣੇ, ਤੈਨੂੰ ਕੁਛ ਨਹੀਂ ਕਿਹਾ ਆਪਣੀ ਭਾਸ਼ਾ 'ਚ ਬੋਲੀ ਜਾਏ। ਮੈਂ ਕਿਹਾ ਤੂੰ ਮੈਨੂੰ ਇਹ ਲਾਹੌਰ ਕਿਹਾ ਕਰਨਾ ਵੀ ਤੂੰ ਉਂਗਲੀ ਲੈ ਲਈ? ਸਾਡੀ ਉੱਥੇ ਕਮਾਂਡੈਂਟ ਕੋਲ ਰਿਪੋਰਟ ਹੋਈ, ਬੜੀਆਂ ਪੇਸ਼ੀਆਂ, ਉਹਨੇ ਫਿਰ ਸਮਝਾਇਆ ਕਿ ਇਹ ਜਿਹੜਾ ਲੈਂਗੁਏਜ ਦਾ ਡਿਫਰੈਂਸ ਹੈ ਜੀ। ਥੈਂਕ ਯੂ ਸੋ ਮਚ ਗੁਰਦੀਪ ਸਿੰਘ ਜੀ ਕਾਲ ਕਰਨ ਲਈ। ਇਹ ਸਮਟਾਈਮਸ ਲੈਂਗੁਏਜ ਦਾ ਬੈਰੀਅਰ ਵੀ ਕਹਿ ਸਕਦੇ ਹਾਂ ਔਰ ਲੈਂਗੁਏਜਸ ਦਾ ਡਿਫਰੈਂਸ ਵੀ ਕਹਿ ਸਕਦੇ, ਸਮਟਾਈਮਸ ਅਸੀਂ ਸਮਝਣ ਦੇ ਵਿੱਚ ਜਿਹੜੀ ਉਹ ਗਲਤੀ ਕਰਦੇ ਨੇ। ਪਰ ਇਸ ਫਿਲਮ ਦੀ ਸਟਾਰ ਕਾਸਟ ਨੂੰ ਸਮਝਣ ਦੇ ਵਿੱਚ ਤੁਹਾਨੂੰ ਕਿੰਨੀ ਕੁ ਦਿੱਕਤ ਆਈ, ਸਪੈਸ਼ਲੀ ਰਿਗਾਰਡਿੰਗ ਕਰੈਕਟਰਸ? ਬਿਲਕੁਲ ਵੀ ਨਹੀਂ, ਇੰਨੇ ਈਜ਼ੀ ਸੀ ਸਾਰੇ? ਨਹੀਂ, ਹਾਂ ਮਤਲਬ ਆਲਮੋਸਟ ਮੈਂ ਕਾਫੀ ਹੱਦ ਤੱਕ ਸੌਰਟਡ ਸੀਗਾ ਕਿ ਇਹ ਸਾਰੇ ਲੋਕ ਇਸ ਤੇ 100% ਫਿੱਟਨ ਹੁੰਦੇ ਆ। ਓਕੇ, ਔਰ ਬਾਈ ਦਾ ਗੋਡ ਗ੍ਰੇਸ ਸਭ ਨੇ, ਮਤਲਬ ਥੈਂਕਫੁਲੀ ਇਹ ਹੈ ਕਿ ਸਭ ਕੋਲ ਡੇਟ ਸੀਗੀਆਂ, ਥੈਂਕਫੁਲੀ ਇਹ ਹੈ ਉਹਨਾਂ ਦੇ ਸ਼ੋਅ ਨਹੀਂ ਲੱਗ ਰਹੇ ਸੀਗੇ, ਤੇ ਉਹਨਾਂ ਨੇ ਔਖੇ ਸੌਖੇ ਡੇਟਸ ਕੱਢੀਆਂ ਫੋਰ ਗਰਲਸ ਆਲਸੋ, ਮਤਲਬ ਸਭ ਨੇ ਬਹੁਤ ਸਪੋਰਟ ਕੀਤਾ, ਸੋ ਡੈਫੀਨੇਟਲੀ ਕੋਈ ਸਟ੍ਰੈਸ ਨਹੀਂ ਹੈ ਪਿਕਚਰ ਬਣਾਉਂਦੇ, ਸੀਰੀਅਸਲੀ ਕੋਈ ਸਟ੍ਰੈਸ ਨਹੀਂ ਹੋਇਆ। ਓਕੇ, ਇੱਕ ਨਾ ਮੇਰੇ ਕੋਲ ਤੁਹਾਡੇ ਲਈ ਸਵਾਲ ਨੇ ਥੋੜੇ ਜਿਹੇ, ਪਰ ਇਹ ਮੈਂ ਡਾਇਰੈਕਟਲੀ ਨਹੀਂ ਪੁੱਛੂੰਗੀ ਤੁਹਾਡੇ ਤੋਂ। ਮੈਂ ਚਾਹੂੰਗੀ ਕਿ ਇਹ ਨਾ ਦੇਖੋ ਜਿਹੜੇ ਲੋਕ ਆਏ ਨੇ ਉਹ ਸਾਰੇ ਪੂਰੇ ਪੂਰੇ ਨੇ ਆਪਣੇ ਕੋਲ, ਸਟਾਰ ਕਾਸਟ ਜਿੰਨੀ ਵੀ ਆਈ ਹੈ ਜੀ, ਸੋ ਇੱਕ ਕੋਈ ਵੀ ਪਰਚੀ ਚੱਕਣੀ ਆ? ਓਕੇ, ਲੈਟ ਮੀ ਸ਼ਫਲ, ਹੈ ਨਾ, ਥੋੜਾ ਜਿਹਾ ਟਵਿਸਟ ਤਾਂ ਹੋਣਾ ਚਾਹੀਦਾ ਕਹਾਣੀ। ਬਿਲਕੁਲ ਬਿਲਕੁਲ ਹੋਣਾ ਚਾਹੀਦਾ, ਤੇ ਮੈਂ ਤਾਂ ਪਹਿਲੇ ਨੰਬਰ ਵਾਲਾ, ਮੈਂ ਪਹਿਲੀ ਹੀ ਚੱਕੂਗਾ। ਓਕੇ,
चले आप शुरू करे। मेरे दिल नु होने लगे है कि नहीं पता, सब बदले बदले लगदा है कि नहीं पता। मैं बहुत बुरा उठ दे बंदे जाग दे सोंदे खबाड़ा दी सुनाई जांदा है कोई बार बार खाके आई जांदा है। थैंक यू जी। नागिन डांस निकल जाएगा। डायलॉग शोले फिल्म का डायलॉग इतना ए भी बहुत सॉक है। कितने आदमी थे इतने के नाल थोड़ी गल है और भी है कि लंबा होना चाहता है। मतलब धर्मेंद्र दा जो डायलॉग है थोड़ी वो टोन था होनी चाहिए थी या नहीं। गब्बर सिंह एक बार और कर दो और की है। दैट इज द बेस्ट आई कैन डू। ओह माय गॉड गब्बर सिंह दा डायलॉग कुड़ी को बुलवा रहे हो तो तो वधिया नहीं बोल पाऊंगा। फिर थोड़ी सी एक्टिंग पता लगूगी ना ताई ते नेक्स्ट फिल्म मिलनी है। नहीं नेक्स्ट फिल्म उन्होंने मिल जानी है। कितने आदमी थे ओए ये तो वधिया नहीं होगी। ओके अच्छा सब तो पहला एक गल हुंदी है जड़ी जदों भी कोई फिल्म जड़ी है एज अ डायरेक्टर तुसी चूज करदे हो कोई भी स्टोरी ਤੁਹਾਡੇ ਮਾਈਂਡ ਵਿੱਚ ਉਹ ਕਿਹੜੀ ਗੱਲ ਹੁੰਦੀ ਕਿਸੇ ਵੀ ਸਟੋਰੀ ਨੂੰ ਚੂਜ਼ ਕਰਨ ਵੇਲੇ। ਮੈਂ ਐਕਚੁਅਲੀ ਸ਼ਾਇਦ ਉਸ ਸਟੇਜ ਤੇ ਹਾਂ ਮੈਨੂੰ ਨਾ ਕੋਈ ਕਹਾਣੀ ਐਕਸਾਈਟ ਕਰਨੀ ਚਾਹੀਦੀ ਹੈ। ਮੈਂ ਆਪਣੇ ਪਿਛਲੇ ਪੂਰੇ 5-6 ਸਾਲ ਤੋਂ ਮੈਂ ਜਿੱਦਾਂ ਫਿਲਮਸ ਬਣਾ ਰਿਹਾ ਪੰਜਾਬੀ ਮੈਂ ਕਦੀ ਵੀ ਕੋਈ ਜੋਨਰ ਨੂੰ ਰਿਪੀਟ ਨਹੀਂ ਕੀਤਾ। ਉਹਦਾ ਸਿਰਫ ਰੀਜ਼ਨ ਇਹ ਨਹੀਂ ਹੈ ਕਿ ਮੈਂ ਕੋਈ ਜੋਨਰ ਰਿਪੀਟ ਕਰਨਾ ਨਹੀਂ ਚਾਹੁੰਦਾ। ਉਹਦਾ ਰੀਜ਼ਨ ਇਹ ਹੈ ਕਿ ਮੈਂ ਇੱਕ ਜੋਨਰ ਕਰਨ ਤੋਂ ਬਾਅਦ ਮੈਨੂੰ ਲੱਗਦਾ ਕਿਸੇ ਦੂਸਰੇ ਜੋਨਰ ਨੂੰ ਅਟੈਂਪਟ ਕਰੋ। ਪਿਛਲੇ ਵਿੱਚ ਸੱਜਣ ਸਿੰਘ ਅੰਗਰੂਟ ਸੀਗੀ ਉਹ ਪੰਜਾਬੀ ਸਿਨੇਮਾ ਦੀ ਪਹਿਲੀ ਵਾਰ ਫਿਲਮ ਸੀਗੀ। ਉਸ ਤੋਂ ਪਹਿਲੇ ਬੰਬੂ ਘਾਟ ਸੀਗੀ ਮਤਲਬ ਇੱਕ ਪਿਕਚਰ ਜਿਸ 'ਚ ਦੇਸੀ ਆਦਮੀ ਇੱਕ ਬਾਈਕ ਬਣਾਉਂਦਾ ਹੈ। ਸੋ ਉਹ ਆਪਣੇ ਆਪ 'ਚ ਕੁਛ ਇੰਟਰਸਟਿੰਗ ਥੋਟ ਲੈਵਲਸ ਹੈ ਜੋ ਮੈਨੂੰ ਐਕਸਾਈਟ ਕਰਦੇ ਆ ਕਿਉਂਕਿ ਮੈਂ ਫਿਲਮ ਦਿਲ ਨਾਲ ਬਣਾਉਣ 'ਚ ਬਿਲੀਵ ਕਰਦਾ। ਮਿਸਾਲ 'ਚ ਇੱਕ ਦੋ ਫਿਲਮਾਂ ਬਣਾਉਣੀਆਂ ਆਉਂਦੀਆਂ ਉਹ ਇਹ ਹੁੰਦਾ ਸਵਾਦ ਨਾਲ ਬਣਾਓ। ਪਰ ਕੁਆਲਿਟੀ ਤਾਂ ਹੈ ਨਾ ਉਹਦੇ ਵਿੱਚ ਡੈਫੀਨੇਟਲੀ। ਮਤਲਬ ਮੈਂ ਹਰ ਫਿਲਮ 'ਚ 100% ਆਪਣੇ ਫੋਕਸ ਔਰ ਐਫਰਟ ਹੁੰਦਾ ਹੈ ਔਰ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਟੀਮ ਮੈਂ ਇੱਦਾਂ ਦੀ ਜੋੜਾਂ ਜਿਹੜੇ ਹੱਸਦੇ ਖੇਡਦੇ ਫਿਲਮ ਬਣਾਉਣ ਔਰ ਉਹਨਾਂ ਨੂੰ ਵੀ ਮਜ਼ਾ ਆਏ ਕੰਮ ਕਰਕੇ। ਮਜ਼ਾ ਐਗਜ਼ੈਕਟਲੀ। ਅੱਛਾ ਟਾਈਮ ਵਾਂਸ ਅਗੇਨ ਆਪਣੇ ਕੋਲ ਬ੍ਰੇਕ ਦਾ ਹੋਣ ਵਾਲਾ ਉਸ ਤੋਂ ਪਹਿਲਾਂ ਮੈਂ ਇਹ ਚਾਹੂੰਗੀ ਕਿ ਤੁਸੀਂ ਵਿਊਅਰਸ ਨੂੰ ਕੀ ਕਹਿਣਾ ਚਾਹੋਗੇ ਕਿ ਜੇ ਉਹ ਹਾਈ ਐਂਡ ਆ ਰਹੀਆਂ ਦੇਖਣ ਤਾਂ ਕਿਉਂ। ਅਰੁਸ਼ ਜੀ ਪਹਿਲੇ ਤੁਸੀਂ ਕਿ ਮੈਂ ਰਿਸ਼ਤੇਦਾਰੀਆਂ ਬੰਦਾ ਰੱਬ ਉੱਪਰੋਂ ਬਣਾ ਕੇ ਭੇਜਦਾ ਯਾਰ ਉਹ ਆਪ ਚੁਣ ਸਕਦਾ। ਸੋ ਇਹ ਯਾਰੀਆਂ ਦੇ ਪਿਕਚਰ ਹੈ। ਅੱਜ ਸਾਡੇ ਪੰਜਾਬੀ ਹਮੇਸ਼ਾ ਕਹਿੰਦੇ ਆ ਕਿ ਜਿੱਥੇ ਖੜ ਗਏ ਸੋ ਖੜ ਗਏ। ਸੋ ਬਹੁਤ ਰਿਸ਼ਤੇ ਨਿਭਾਏ ਆ ਯਾਰੀਆਂ ਨਿਭਾਈਆਂ। ਸੋ ਤੁਹਾਨੂੰ ਤੁਸੀਂ ਸਾਰੇ ਫਿਲਮ ਦੇਖੋਗੇ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਨਾਲ ਜੁੜਦੀ ਹੋਈ ਲੱਗੂਗੀ ਇਹ ਪਿਕਚਰ। ਓਕੇ ਤੇ ਅਰੁਸ਼ੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਵੀ ਸੇਮ ਸਰ ਨੇ ਜੋ ਕੁਛ ਵੀ ਕਿਹਾ ਸੇਮ ਚੀਜ਼ਾਂ ਹੀ ਕਹੂੰਗੀ ਕਿ ਰਿਲੇਟੇਬਲ ਸਟੋਰੀ ਹੈ। ਤੁਹਾਨੂੰ ਕੋਈ ਨਾ ਕੋਈ ਇੰਸੀਡੈਂਟ ਜਾਂ ਕੋਈ ਨਾ ਕੋਈ ਸਿਚੁਏਸ਼ਨ ਲੱਗੂਗੀ ਕਿ ਯੂ ਨੋ ਇਹ ਮੇਰੇ ਨਾਲ ਵੀ ਹੋਇਆ ਜਾਂ ਮੇਰੇ ਯਾਰਾਂ ਦੋਸਤਾਂ ਨਾਲ ਹੋਇਆ।
ਤੁਸੀਂ ਰਿਲੇਟ ਕਰ ਪਾਓਗੇ. ਕਨੈਕਟੀਵਿਟੀ ਲੈਵਲ ਇਜ਼ ਵੈਰੀ ਹਾਈ ਐਂਡ ਫੁੱਲ ਐਂਟਰਟੇਨਰ ਹੈ. ਅਤੇ ਆਪਾਂ ਬਾਈ ਡੇ ਵੀ ਮਨਾ ਰਹੇ ਹਾਂ 22 ਫਰਵਰੀ ਨੂੰ, ਅਤੇ ਤੁਸੀਂ ਬਾਈ ਡੇ ਮਨਾਇਓ ਸਾਰੇ ਬਾਈਆਂ ਦੇ ਨਾਲ ਵਿਦ ਆਲ ਯੋਰ ਫਰੈਂਡਸ ਐਂਡ ਆਲ ਯੋਰ ਫੈਮਿਲੀ ਮੈਂਬਰਸ. ਫਿਲਹਾਲ ਸਰ ਤੁਹਾਡੇ ਤੋਂ ਤੇ ਅਰੁਸ਼ੀ ਤੁਹਾਡੇ ਤੋਂ ਮੈਨੂੰ ਇਜਾਜ਼ਤ ਲੈਣੀ ਪੈਣੀ, ਬਿਕੋਜ਼ ਸਾਡੇ ਨਾਲ ਹੋਰ ਵੀ ਜਿਹੜੀ ਇਸ ਫਿਲਮ ਦੀ ਸਟਾਰ ਕਾਸਟ, ਅਸੀਂ ਚਾਹਾਂਗੇ ਕਿ ਉਹਨਾਂ ਨੂੰ ਵੀ ਅਸੀਂ ਜ਼ਰੂਰ ਰੂਬਰੂ ਕਰਵਾਈਏ ਸਾਡੇ ਵਿਊਅਰਸ ਦੇ ਨਾਲ. ਐਂਡ ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਾਡੀ ਫਿਲਮ ਦੀ ਅਗਲੀ ਸਟਾਰ ਕਾਸਟ ਦੇ ਨਾਲ. ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਜਸ ਪੰਜਾਬੀ ਨਾਲ. ਐਂਡ ਥੈਂਕ ਯੂ ਸੋ ਮਚ ਅਰੁਸ਼ੀ ਐਂਡ ਸਰ. ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਐਵਰੀਬਾਡੀ. ਵੈਲਕਮ ਬੈਕ. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਡੇਲੀ ਡੋਸ, ਤੁਸੀਂ ਦੇਖ ਰਹੇ ਹੋ ਅਤੇ ਗੱਲਬਾਤ ਹੋ ਰਹੀ ਸੀ ਜੀ ਸਾਡੀ ਫਿਲਮ ਹਾਈ ਐਂਡ ਯਾਰੀਆਂ ਦੀ ਸਟਾਰ ਕਾਸਟ ਦੇ ਨਾਲ. ਹੁਣ ਮੇਰੇ ਨਾਲ ਅਗਲੀਆਂ ਦੋ ਹੀਰੋਇਨਸ ਇਸ ਵਕਤ ਮੌਜੂਦ ਨੇ, ਨਵਨੀਤ ਕੌਰ ਢਿੱਲੋਂ ਅਤੇ ਮੁਸਕਾਨ ਸੇਠੀ. ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਡੋਸ ਦੇ ਵਿੱਚ. ਥੈਂਕ ਯੂ. ਥੈਂਕ ਯੂ ਜੀ. ਕਿਵੇਂ ਦਾ ਲੱਗ ਰਿਹਾ ਵੈਸੇ ਫਿਲਮ ਕਰਕੇ? ਬਹੁਤ ਵਧੀਆ ਲੱਗ ਰਿਹਾ ਐਂਡ ਹੁਣ ਰਿਲੀਜ਼ ਦਾ ਟਾਈਮ ਹੈ ਤਾਂ ਬਹੁਤ ਐਕਸਾਈਟਮੈਂਟ ਹੈ ਐਂਡ ਦੋਜ਼ ਬਟਰਫਲਾਈਜ਼ ਇਨ ਦ ਸਟਮਕ, ਬਟ ਮੋਰ ਆਫ ਐਕਸਾਈਟਮੈਂਟ. ਬਟਰਫਲਾਈਜ਼ ਐਕਸਾਈਟਮੈਂਟ ਵਾਲੀਆਂ ਕਿ ਭੁੱਖ ਵਾਲੀਆਂ? ਨਹੀਂ ਨਹੀਂ, ਐਕਸਾਈਟਮੈਂਟ ਵਾਲੀਆਂ. ਤੁਮ ਅਨਰੀਅਲ ਸਾ ਲੱਗ ਰਿਹਾ ਹੈ ਬਿਕੋਜ਼ ਸਭ ਕੁਝ ਫਾਈਨਲੀ ਇਜ਼ ਗੋਨ ਕਮ ਆਊਟ ਐਂਡ ਵੀ ਗੋਨ ਸ਼ੇਅਰ ਇਟ ਵਿਦ ਐਵਰੀਵਨ, ਆਰ ਜਰਨੀ, ਆਰ ਐਕਸਪੀਰੀਅੰਸ. ਸੋ ਸਰੀਅਲ ਫੀਲਿੰਗ ਹੋ ਗਿਆ. ਤੇ ਜਦੋਂ ਤੁਹਾਨੂੰ ਇਸ ਫਿਲਮ ਦਾ ਜਿਹੜਾ ਕਰੈਕਟਰ ਹੈ ਤੁਹਾਡਾ ਡਿਫਾਈਨ ਕੀਤਾ ਗਿਆ, ਵਟ ਵਾਸ ਯੋਰ ਰਿਐਕਸ਼ਨ? ਤੋ ਮੈਂ ਮੈਂਡੀ ਦਾ ਕਿਰਦਾਰ ਪਲੇ ਕਰ ਰਹੀ ਹਾਂ. ਤੋ ਮੈਂਡੀ ਜੋ ਹੈ ਵੋ ਬਹੁਤ ਹੀ ਸੁਲਝੀ ਹੋਈ ਕੁੜੀ ਹੈ. ਓਕੇ. ਮਤਲਬ ਵੋ ਬਹੁਤ ਸੋਰਟਿਡ ਹੈ, ਵੋ ਆਪਣੇ ਪੇਰੈਂਟਸ ਸੇ ਔਰ ਆਪਣੀ ਫੈਮਿਲੀ ਸੇ ਔਰ ਆਪਣੇ ਰੂਟ ਸੇ ਬਹੁਤ ਕਨੈਕਟਿਡ ਹੈ. ਹਾਲਾਂਕਿ ਉਹ ਬਾਹਰ ਪੜ੍ਹਦੀ ਹੈ ਬਟ ਉਸਕੇ ਘਰ ਦਾ ਇਨਵਾਇਰਮੈਂਟ ਔਰ ਖਿਆਲਾਤ ਇਕਦਮ ਅਲੱਗ ਹੈ, ਪੰਜਾਬ ਵਾਲੇ ਹੈ. ਓਕੇ. ਸੋ ਬਹੁਤ ਹੀ ਮੇਰੇ ਸੇ ਮਿਲਤਾ ਜੁਲਤਾ ਕੈਰੇਕਟਰ ਹੈ. ਮੈਂ ਬਹੁਤ ਐਸੇ ਐਸੇ ਕਿੱਸੇ ਜੋ ਮੈਨੇ ਸ਼ੂਟ ਕੀਏ ਹੈ ਆਪਣੀ ਰੀਅਲ ਲਾਈਫ ਕੇ ਸਾਥ ਰਿਲੇਟ ਕਰ ਪਾਈ. ਸੋ ਆਈ ਲਵ ਮਾਈ ਪਾਰਟ ਐਂਡ ਆਈ ਥਿੰਕ ਦੈਟ ਇਟਸ ਅ ਸ਼ੇਡ ਆਫ ਮੀ. ਇਹਨਾਂ ਨੇ ਨਵਨੀਤ ਇਹ ਕਿਹਾ ਕਿ ਆਈ ਲਵ ਮਾਈ ਪਾਰਟ, ਵਟ ਅਬਾਊਟ ਅਦਰਸ? No comments. Of course, no, I love everybody's part. Are you asking me? Oh, no, I absolutely love everybody's characterization and I really think that Pankaj sir has that knack of recognizing that inner, you know, but like as soon as he met me, he knew. Okay. He knew me. I feel like he just could see through me. So similarly, I feel ki unhone sabko aisa, you know, ਕੈਰੇਕਟਰਾਈਜੇਸ਼ਨ ਦਿਆ ਹੈ ਜੋ ਉਨਕੇ ਰੀਅਲ ਲਾਈਫ ਸੇ ਵੀ ਕਾਫੀ ਮਿਲਤਾ ਜੁਲਦਾ ਹੈ. ਨਵਨੀਤ, ਤੁਸੀਂ ਇਸ ਤੋਂ ਪਹਿਲਾਂ ਮਿਸ ਇੰਡੀਆ ਦਾ ਸਫ਼ਰ ਤੈਅ ਕੀਤਾ, ਹੁਣ ਇੱਕ ਪੰਜਾਬੀ ਫਿਲਮ ਹੈ ਹਾਈ ਐਂਡ ਆ ਰਹੀਆਂ, ਤੁਹਾਡਾ ਹੁਣ ਤੱਕ ਦਾ ਸਫ਼ਰ ਜਿਹੜਾ ਹੈ, ਮੈਂ ਸਭ ਤੋਂ ਪਹਿਲਾਂ ਇਹ ਚਾਹੂੰਗੀ ਕਿ ਜ਼ਰੂਰ ਤੁਸੀਂ ਡਿਸਕਸ ਕਰੋ. ਵੈਲ, ਮੇਰਾ ਹੁਣ ਤੱਕ ਦਾ ਸਫ਼ਰ ਕਾਫੀ ਵਧੀਆ ਰਿਹਾ, ਫਰੋਮ ਮਿਸ ਇੰਡੀਆ ਟੂ ਫਿਲਮਸ. ਕਾਫੀ ਡਿਫਰੈਂਟ ਵੀ ਹੈ ਐਂਡ ਇਨ ਅ ਵੇ ਕਾਫੀ ਸਿਮਿਲਰ ਵੀ ਹੈ ਐਂਡ ਮੈਂ ਬਿਲਕੁਲ ਵੀ ਫਿਲਮੀ ਬੈਕਗਰਾਊਂਡ ਤੋਂ ਨਹੀਂ ਆਉਂਦੀ ਹੈ. ਓਕੇ. ਮੇਰਾ I come from an army background and when I participated in Miss India, mera experience the understanding of the industry and then doing a couple of films. My first Punjabi film was Ambar Surya. Okay. And now it is this and Punjabi industry da vi experience lokan nu milna and then unna de naal kaam karna bahut hi vadhiya lagda and it's a beautiful experience. Okay. Te Muskan, thoda favorite dialogue keda hega is film da? Main chahungi chahe thoda jai zarur. Ek selfie da bandi hai. That is my favorite dialogue. Okay. Te sab to zyada thode dono de vich funny kaun hai? Hum dono ke beech. I think hum kitna out of syllabus question hai. We are not the funny ones. ਸਾਡੇ ਕੋਲ ਤਿੰਨ ਹੀਰੋਜ਼ ਨੇ ਜਿਨ੍ਹਾਂ ਦੇ ਡਿਫਰੈਂਟ ਕੈਰੈਕਟਰਸ ਐਂਡ ਵੈਰੀ ਆਈ ਥਿੰਕ ਇੰਡੀਵਿਜੁਅਲਿਟੀ ਉਹਨਾਂ ਦੀ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਫਿਲਮ 'ਚ, ਵੈਦਰ ਇਟ ਇਜ਼ ਜੱਸੀ ਜੀ ਔਰ ਰਣਜੀਤ ਜੀ ਔਰ ਨਿੰਜਾ. ਸੋ ਆਈ ਥਿੰਕ ਆਊਟ ਆਫ ਥਰੀ ਆਫ ਦੈਮ ਬਾਬਾ ਜੀ ਇਜ਼ ਦ ਵਨ ਹੂ ਇਜ਼ ਦ ਫਨੀ ਵਨ. ਮਤਲਬ ਤੁਹਾਡੇ ਨਾਲ ਲੱਗਦਾ ਹੈ ਕਾਫੀ ਸ਼ਰਾਰਤਾਂ ਹੋਈਆਂ ਨੇ ਸੈੱਟ ਤੇ ਨਾ? ਮੋਸਟ ਮੈਮੋਰੇਬਲ ਮੂਮੈਂਟ ਤੁਹਾਡੇ ਸ਼ੂਟ ਦੀ, ਦੋਨਾਂ ਦੀ? I think throughout the shoot it was beautiful. I will not say ki ek edan da din hoega ki jehda nahi memorable hoega. In fact hun bhi assi milde ha ta assi kafi discuss karde ha ki remember us din assi central London ch sige, assi itthe sige and it has been a beautiful journey. Okay. Aur tode liye vi same, mainu lagda tusi zyada sincere rahe hovoge set te. ਐਸਾ ਲੱਗਦਾ? ਮੈਨੂੰ ਲੱਗ ਰਿਹਾ ਯਕੀਨ ਹੈ ਕੰਪਲੀਮੈਂਟ ਹੈ. ਨਹੀਂ, ਹਾਂ ਮਤਲਬ ਓਬਵੀਅਸਲੀ ਕਿਉਂਕਿ ਮੇਰੀ
पहली डेब्यू फिल्म है पंजाब में. तो यस आई वाज मोर सिंसियर यू कैन से. लेकिन हंसी मजाक का एनवायरनमेंट रोज ही बना हुआ था सेट पे, सो वी रियली एंजॉयड. ओके, ते जदो थोड़े नाल स्टोरी डिस्कस हुई है, बाकी आंदे करैक्टर्स भी डिस्कस हुए हैं, ते थोनू की लगे कि ते पार्शियलिटी नहीं हो रही ना? नहीं, बिल्कुल भी नहीं. आई थिंक द बेस्ट पार्ट अबाउट पंकज सर इज दैट उन्होंने सबका कैरेक्टर इतनी ब्यूटिफुली लिखा है. एंड जब भी तुसी फिल्म देखने जाओगे तो आप बहुत रिलेट कर पाओगे कि या थोड़ी फ्रेंड है या आप हो, तो एवरीबडी कैन सी समथिंग सिमिलर टू देम इन वन ऑफ द कैरेक्टर्स. सो दैट इज रियली नाइस. एंड वी ऑल फील लाइक वी आर trying to showcase our story and our so there are three parallel stories going on. Okay, te eh je Navneet main thode to janna chahungi jive tusi gal kiti ki thoda joda background hai oh army da, fir acting de vich kivein aona hoya? To be very honest, mera bachpan to sapna si ga miss india ban da. And shuru to hi I had this nautanki factor in me. Kite na kite I was always this dramabaz at home. Kade fir shishe mure acting karke dekhi honi hai? नहीं, मैं हमेशा फिल्मा सीरियल्स, मैं बहुत सीरियल्स देखती होंगी सी छोटे होंगे. इनफैक्ट होन भी मैं हमेशा देखती थी, आई कैन डू इट बेटर देन दिस. सो दैट यूज्ड टू बी द थिंग. एंड यस आई ऑलवेज वांटेड टू बिकम एन एक्टर. सो ते एक्टिंग दे विच कोई कोई होंदा है कि रोल मॉडल इंस्पिरेशन कोई रिया थोड़ा हम तक बॉलीवुड दी भी गल करिए या बॉलीवुड दी गल करिए दोनों दे विच? नहीं, मैं एक किसे ते भी आइडल होने की रिस्पॉन्सिबिलिटी नहीं पाऊंगी, बिकॉज आई थिंक हर फिल्म अलग होती है, हर फिल्म हर किसी का कैरेक्टर अलग होता है. बट यू गेट इंस्पायर्ड बाय एवरी फिल्म, इंस्पायर्ड बाय पीपल. बट जे मैं कहूँगी कि एक बंदे ते मैं सारा दा सारा बोझ पाता कि तुसी परफेक्ट हो एंड आई वांट टू आइडलाइज यू, नहीं मैं वो नहीं कर सकती. और सेम गोज विद यू एज वेल मुस्कान. आई एम अ बिग फैन ऑफ ऐश्वर्या राय. ओह सो या आई लव हर. मैनू लगता है जड़ियां आइज दी मैचिंग है थोड़ी जी ताई करके सिमिलर है ना. ओह दैट्स अ ह्यूज कॉम्प्लीमेंट, थैंक यू. ओके, इस फिल्म दे विच जदों तुसी काम कर रहे सके है ना, कोई बहुत अच्छे सॉन्ग्स भी ने, कोई सॉन्ग थोड़ा फेवरेट जड़ा होवे और तुसी गा के सुनाना चाहो, ए टास्क है? तो ये गाने वाला पार्ट नॉट टू श्योर, बट मेरा फेवरेट सॉन्ग है चुराई जांदा है, व्हिच इज संग बाय जस्सी गिल. सो या दैट्स डेफिनेटली माय. और थोड़ा I think I like Churai Janda and Rabba Ve equally. Okay. Rabba Ve is also a very beautiful song and it just triggers that feeling in you. I think the music, again I will give this credit to Pankaj sir, because his sensibility towards whether it is his film, screenplay, cinematography to music is just amazing. It's commendable. ਕਹਿੰਦੇ ਨੇ ਕਿ ਜਿਹੜੀ ਫਿਲਮ ਇੰਡਸਟਰੀ ਹੈ ਨਾ, ਵੈਸੇ ਇਹਦੇ ਵਿੱਚ ਕੁੜੀਆਂ ਲਈ ਸਟਰਗਲ ਬਹੁਤ ਆ. ਤੁਹਾਨੂੰ ਕੀ ਲੱਗਦਾ ਕਿ ਵਾਕਈ ਇਹ ਗੱਲ ਸੱਚ ਹੈ ਜਾਂ ਸੁਣੀ ਸੁਣਾਈ ਗੱਲ ਹੈ? ਵੈਲ ਆਈ ਥਿੰਕ ਇਨ ਅ ਵੇ ਸੱਚ ਹੈ, ਬਟ ਆਈ ਥਿੰਕ ਨਾਟ ਓਨਲੀ ਕੁੜੀਆਂ ਲਈ ਮੁੰਡਿਆਂ ਲਈ ਵੀ, ਬਿਕੋਜ਼ ਹਾਰਡ ਵਰਕ ਇਜ਼ ਦ ਕੀ. ਤੁਹਾਨੂੰ ਕਿਤੇ ਵੀ ਜਾਓਗੇ ਵੈਦਰ ਮੁੰਡਾ ਹੈ ਕੁੜੀ ਹੈ, ਹਾਰਡ ਵਰਕ ਤਾਂ ਕਰਨਾ ਹੀ ਕਰਨਾ ਪਏਗਾ. ਦੇਰ ਆਰ ਨੋ ਟੂ ਵੇਜ਼ ਅਬਾਊਟ ਇਟ. So I think kudiyan lai maybe thodi zyada hai, because definitely we have to agree ke a male dominated industry hai. But not only Punjabi film industry, also whether it is Hindi film industry or any other regional film industry. In fact, even if we talk about Hollywood, so there are mostly male dominated, though the women are coming up right now. I agree. tusi bhi ehi kehna chahoge is bare mein? Chahungi ki thode je jehde views ne na is sawal te zarur share karo, because I think ye is tarah da question hai jide te comments jehde a har ik kudi vallon sunne pasand kite jande ne. Struggle hai, but at the same time I think it's a journey and life is a journey, so you have to enjoy that struggle. And if you love what you do, you don't feel that it's a struggle. In fact, it's a learning, so you come back stronger each time. So I think failure is something you should not be afraid of. Okay, it's fine. See, a struggle but it is difficult, definitely. There will be obstacles and you have to be prepared. But जब भी ऑब्स्टिकल आए तो फिर ट्राई करो, तुसी फिर ट्राई करो, कर दे रहो, कभी तो कभी तो सक्सेस मिलेगी. आई थिंक दैट्स द की. वुमेन आर वेरी वेरी पेशेंट, नॉट ओनली इफ इट इज दिस इंडस्ट्री, एवरीवेयर इन एवरी फील्ड यू विल सी वुमेन हु आर वेरी पेशेंट. इन फैक्ट इवन एट होम वी सी हाउ पेशेंट आवर मदर्स आर. जी
ਐਬਸੋਲਿਊਟਲੀ ਇਹ ਗੱਲ ਜਿਹੜੀ ਤੁਹਾਡੀ ਵਾਕਈ ਹੀ ਕਾਬਲੇ ਤਾਰੀਫ ਹੈ ਬਿਕੋਜ਼ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਮਦਰਸ ਨੂੰ ਤੁਸੀਂ ਜਦੋਂ ਫੋਲੋ ਕਰਦੇ ਹੋ ਉਹਨਾਂ ਨੂੰ ਦੇਖਦੇ ਹੋ ਤਾਂ ਫਿਰ ਲੱਗਦਾ ਕਿ ਵਾਕਈ ਲਾਈਫ ਜਿਹੜੀ ਹੈ ਨੀ ਸਮੂਥ ਹੈ ਨਹੀਂ ਬਟ ਸਟਿਲ ਯੂ ਹੈਵ ਟੂ ਗੋ ਔਨ ਇਟਸ ਵੇ ਵੈਲ ਫਿਲਹਾਲ ਬ੍ਰੇਕ ਦਾ ਟਾਈਮ ਹੋ ਗਿਆ ਸੋ ਮੈਂ ਚਾਹੂੰਗੀ ਕਿ ਇਸ ਵਾਰ ਦੀ ਜਿਹੜੀ ਬ੍ਰੇਕ ਹੈ ਨਾ ਇਹ ਦੋਨੋਂ ਕੁੜੀਆਂ ਅਨਾਊਂਸ ਕਰਨ ਬਿਕੋਜ਼ ਹਾਈ ਐਂਡ ਯਾਰੀਆਂ ਆਪਣੇ ਆਪ ਵਿੱਚ ਇੱਕ ਬਹੁਤ ਹੀ ਮੁਕੰਮਲ ਫਿਲਮ ਆ ਰਹੀ ਹੈ ਔਰ ਇਹ ਜਿਹੜੀ ਯਾਰੀ ਹੈ ਇਹਨਾਂ ਦੋਨਾਂ ਦੀ ਕੋਆਰਡੀਨੇਸ਼ਨ ਦੀ ਉਹ ਵੀ ਮੈਂ ਦੇਖਣਾ ਚਾਹੂੰਗੀ ਵੈਲ ਤੁਸੀਂ ਬ੍ਰੇਕ ਤੋਂ ਬਾਅਦ ਵਾਪਸ ਆਓ ਹਾਈ ਐਂਡ ਬ੍ਰੇਕ ਲੈ ਕੇ ਸਟੇ ਟਿਊਨਡ ਵੈਲਕਮ ਬੈਕ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਡੇਲੀ ਡੋਜ਼ ਤੁਸੀਂ ਦੇਖ ਰਹੇ ਹੋ ਤੇ ਸਾਡੇ ਨਾਲ ਹਾਈ ਐਂਡ ਯਾਰੀਆਂ ਦੀ ਸਟਾਰ ਕਾਸਟ ਇਸ ਵਕਤ ਮੌਜੂਦ ਹੈ ਮੁਸਕਾਨ ਐਂਡ ਨਵਨੀਤ ਤੁਹਾਡੀ ਆਪਸੀ ਹਾਈ ਐਂਡ ਯਾਰੀ ਕਿੰਨੀ ਕੁ ਐਸਟੈਬਲਿਸ਼ ਹੋਈ ਹੈ ਸੈੱਟ ਦੇ ਦੌਰਾਨ ਫਿਲਮ ਦੇ ਸੈੱਟ ਦੇ ਦੌਰਾਨ ਆਈ ਥਿੰਕ ਕਾਫੀ ਓਕੇ ਇਹਦਾ ਕਰਦੇ ਟੈਸਟ ਕਰ ਲੈਨੇ ਆਈਡੀਆ ਵੀ ਇਹਨਾਂ ਵੱਲੋਂ ਦਿੱਤਾ ਗਿਆ ਸੀਗਾ ਫੇਵਰਿਟ ਕਲਰ ਕਿਹੜਾ ਹੈ ਨਵਨੀਤ ਦਾ ਰੈਡ ਐਂਡ ਬਲੈਕ ਪਰਫੈਕਟ ਨਾਓ ਆਈ ਨੋ ਕਾਲੀ ਕਿਸੇ ਨੇ ਪੁੱਛਿਆ ਸੀ ਤਾਂ ਕਰਕੇ ਆਲ ਰਾਈਟ ਤੇ ਇਹਨਾਂ ਦੀ ਫੇਵਰਿਟ ਡਿਸ਼ ਕਿਹੜੀ ਹੈ ਇਹਨਾਂ ਨੂੰ ਚਾਈਨੀਜ਼ ਪਸੰਦ ਹੈ ਰੀਅਲੀ ਪੱਕੀ ਗੱਲ ਹੈ ਤੇ ਫਿਰ ਬਣਾਣਾ ਆਂਦਾ ਚਾਈਨੀਜ਼ ਕੁਛ ਨਾਟ ਸੋ ਮਚ ਮੈਨੂੰ ਆਂਦਾ ਮੈਨੂੰ ਬਹੁਤ ਪਸੰਦ ਹੈ ਕੁਕਿੰਗ ਮੈਂ ਬਣਾ ਕੇ ਖਵਾ ਦੂੰਗੀ ਜੁਰਮ ਹੁੰਦਾ ਆ ਖਾਸ ਤੌਰ ਤੇ ਕੁੜੀਆਂ ਦੇ ਲਈ ਕੁੜੀਆਂ ਹਰ ਇੱਕ ਚੈਲੰਜ ਫੇਸ ਕਰ ਲੈਂਦੀਆਂ ਨੇ ਤੁਸੀਂ ਪਹਿਲਾਂ ਕਰੋ ਵਨ ਬਾਈ ਵਨ ਓ ਮਾਈ ਗੋਡ ਯੂ ਆਈ ਗੋਟ ਜਿੰਕਸ ਨਾ ਕਿ ਨਾ ਬੈਠ ਕੇ ਕਰਨਾ ਹੈ ਬੈਠ ਕੇ ਆਰਾਮ ਨਾਲ ਆਰਾਮ ਨਾਲ ਹਾਂ ਤੂੰ ਮੈਨੂੰ ਨਾਗਿਨ ਪਹਿਲਾਂ ਕਦੇ ਕੀਤਾ ਵੈਸੇ ਟੀਵੀ ਤੇ ਐਵੇਂ ਨਾਗਿਨ ਡਾਂਸ Like seriously, ਵਿਆਹ ਨਹੀਂ ਕੀਤਾ ਕਦੇ ਕਿਸੇ ਦੇ ਆਪਕੋ ਅਜ ਤੱਕ ਲੱਗਤਾ ਹੈ ਕਿ ਮੈਨੇ ਇਹ ਕੀਆ ਹੋਗਾ ਟੀਵੀ ਪੇ ਮੈਨੂੰ ਪੂਰਾ ਵਿਸ਼ਵਾਸ ਹੈ ਤੁਹਾਡੇ ਤੇ ਨਹੀਂ ਆਪ ਤੇ ਮੈਂ ਇੰਪਰੋ ਹੋ ਜਾਊਂਗੀ ਇਸ ਤੇ ਮੈਂ ਕਿ ਸਪੈਸ਼ਲਿਟੀ ਚਲੋ ਨਵਨੀ ਥੋੜੀ ਟਰ ਤੁਸੀਂ ਕਰ ਦੋ ਨਹੀਂ ਪਲਟ ਦਿੱਤੀਆਂ ਮੈਂ ਪਲਟ ਦਿੱਤੀਆਂ ਜਿਹੜੀ ਤੁਸੀਂ ਦੋਗੇ ਨਹੀਂ ਦੇਖੋ ਦੋ ਹੀ ਨੇ ਦੋ ਓਕੇ ਵਾਓ ਇਹ ਦੋਨੋਂ ਪਰਫਾਰਮ ਕਰਨਗੇ ਦੋਨੋਂ ਸ਼ਰਾਬੀ ਦੀ ਐਕਟਿੰਗ ਈਜ਼ੀ ਚੂਜ਼ ਨਹੀਂ ਕਰਨਾ ਹੁਣ ਦੋਨੋਂ ਦੀ ਚੁਗਲੀ ਕਰੋ ਕਿਸੇ ਦੀ ਚੁਗਲੀ ਕਰੋ ਹਾਂ ਸਪੈਸ਼ਲੀ ਸੈੱਟ ਤੇ ਕਿਸੇ ਦੀ ਵੀ ਕਿਸੇ ਦੀ ਚੁਗਲੀ ਕੀ ਦੀ ਕਰੀ ਅਰੁਸ਼ੀ ਕਰੀ ਦੇਖੋ ਇਹ ਕੁੜੀਆਂ ਦੀ ਗੱਲ ਆਪਸ ਤੇ ਸਲਾਹ ਹੋ ਰਹੀ ਕੀ ਦੀ ਕਰੀ ਅਰੁਸ਼ੀ ਦੀ ਚੁਗਲੀ ਹੋਣੀ ਗਈ ਹੈ ਕੀ ਕੁਝ ਕਰਦੀ ਹੈ ਸਾਰਾ ਟਾਈਮ ਜਦ ਦੇਖੋ ਐਕਚੁਅਲੀ ਉਹਦੀ ਚੁਗਲੀ ਹੈ ਉਹ ਇੱਧਰ ਦੀ ਉੱਧਰ ਸਾਰਾ ਟਾਈਮ ਚੁਗਲੀਆਂ ਕਰਦੀ ਰਹਿੰਦੀ ਕਦੇ ਇਹਦੀ ਮੇਰੇ ਨਾਲ ਤੇ ਮੇਰੀ ਇਹਦੇ ਨਾਲ ਇਹ ਅਰੁਸ਼ੀ ਦਾ ਸਾਰਾ ਸੱਚ ਸਾਹਮਣੇ ਆ ਗਿਆ ਐਂਡ ਉਸ ਤੋਂ ਲਾਵਾ ਇੱਕ ਹੋਰ ਪਰਚੀ ਵੀ ਸੀ ਰਵੀ ਮੈਨੂੰ ਨੀਂਦ ਆਣ ਲੱਗੀ ਹੈ ਸੌਣ ਦੋ ਫਿਰ ਦੇਖੋ ਇਹ ਡੇਲੀ ਡੋਜ਼ ਹੈ ਔਰ ਇਹਦੀ ਜਿਹੜੀ ਡੋਜ਼ ਹੈ ਨਾ ਬੜੀ ਫਰੈਸ਼ ਹੁੰਦੀ ਹੈ ਪਰ ਤੁਹਾਨੂੰ ਸੌਣ ਨਹੀਂ ਦਿੰਦੀ ਅਰਲੀ ਮਾਰਨਿੰਗ Yes, early morning. Okay. ਜਾਂਦੇ ਇਹ ਜ਼ਰੂਰ ਦੱਸੋ ਕਿ ਸਾਡੇ ਜਿਹੜੇ ਵਿਊਅਰਸ ਨੇ ਉਹ ਜੇਕਰ ਇਸ ਫਿਲਮ ਨੂੰ ਦੇਖਣ ਜਾਣ ਤਾਂ ਤੁਹਾਡੇ ਕਰੈਕਟਰ ਦੇ ਵਿੱਚ ਇਹੋ ਜਿਹੀ ਕਿਹੜੀ ਖਾਸ ਗੱਲ ਹੈ ਜਿਹੜੀ ਉਹਨਾਂ ਨੂੰ ਵਾਕਈ ਦੇਖ ਕੇ ਲੱਗੂਗਾ ਕਿ ਇਹ ਨਵਨੀਤ ਹੀ ਕਰ ਸਕਦੀ ਸੀ ਜਾਂ ਇਹ ਮੁਸਕਾਨ ਹੀ ਕਰ ਸਕਦੀ ਸੀ ਵੈਲ ਆਈ ਥਿੰਕ ਇੱਦਾਂ ਕੋਈ ਵੀ ਕੈਰੇਕਟਰ ਐਕਚੁਅਲੀ ਨਹੀਂ ਹੁੰਦਾ ਕਿ ਸਿਰਫ ਮੈਂ ਹੀ ਕਰ ਸਕਦੀ ਸੀ ਬਟ ਆਈ ਥਿੰਕ again is cheese the credit and the goes to the director ke unhone mainu is character layi choose kita and unhone lagya ke shayad main eh best kar sakdi hai is time te so but I think mera character dena seerat hai okay and the thodi chemistry chemistry with jassi ji okay okay my chemistry with jassi ji is very good tusi trailer vi dekhya hoega tusi gaane vi sunne hai ਬਹੁਤ ਹੀ ਫਰੈਸ਼ ਸਟੋਰੀ ਹੈ ਐਂਡ ਅਬਾਊਟ ਮਾਈ ਕੈਰੈਕਟਰ ਇਹ ਦੇਸੀ ਕੁੜੀ ਹੈ ਜਿਹੜੀ ਇੰਡੀਆ ਤੋਂ ਲੰਡਨ ਜਾਂਦੀ ਹੈ ਐਂਡ ਕੰਮ ਕਰਨਾ ਚਾਹੁੰਦੀ ਹੈ ਐਂਡ ਦੈਨ ਕਿੱਦਾਂ ਉਹ ਬਾਕੀ ਸਾਰੇ ਕੈਰੈਕਟਰਸ ਨੂੰ ਮਿਲਦੀ ਹੈ ਐਂਡ ਹਾਊ ਦ ਸਟੋਰੀ ਗੋਜ਼
watch it on the 22nd of February. Oh! Muskaan, tu si ki kehna chahoge? Mujhe lagta hai ki character, matlab, aap sirf character nahi bante, character mein bhi aap ek shade leke aate ho. So I think that I kind of brought Muskaan into Mandy, you know. So I really hope that people can see both Muskaan and Mandy and connect to me also and also to the character. और जो एक चीज़ मुझे लगता है कि मेरे कैरेक्टर में है जो जो वाकई बहुत सच है इज़ जो उसका एक फैमिली का कनेक्शन है और जितनी वो कनेक्टेड है अपनी फैमिली से तो मैं भी काफ़ी अपनी फैमिली से कनेक्टेड हूँ और उनके यू नो व्हाट दे फील अबाउट माय डिसीजंस इन लाइफ मैटर टू मी अलॉट एंड दैट इज़ वेरी सिमिलर टू माई कैरेक्टर. ओके, यानी कि इस फिल्म की जितनी भी स्टारकास्ट हैगी है सारे अंदर ये स्टोरी जी है उन्होंने अपनी रियल लाइफ नाल थोड़ी थोड़ी मैच जी है कर जी डेफिनेटली. एंड ये फिल्म मैं चाहूँगी कि जिमें अरुषि एंड पंकज जी ने गल की कि 22 फेब नूं आ रही है और 22 डे सैलीब्रेट किया जा रहा है, तुसी भी एक बार रिक्वेस्ट जिहड़ी है साडे व्यूअर्स नूं जरूर करो कि वह फिल्म जिहड़ी जरूर देखण जाए बिकॉज जिंदगी का एक बहुत इंपॉर्टेंट जिहा पार्ट हुंदा है जिहड़ा जवानी वाला पार्ट है ना खास तौर पर स्ट्रगल वाला पार्ट है. आई थिंक इट्स वेरी इंपॉर्टेंट. एब्सोल्युटली. वैल आई थिंक ए वैल पैकेज फिल्म जो तुसी देखनी है विद ब्यूटिफुल लोकेशंस टू गुड एक्टर्स गुड लुकिंग पीपल ग्रेट म्यूजिक. So I think high-end Yaariya is one weekend getaway that you must go for. Youthful, vibrant and a sure entertainer. So do go and watch high-end Yaariya on 22nd. Don't miss it. Yes, देखो मैं भी ये जरूर कहूँगी कि don't miss it because मैं तो इन्हें नाल जाऊँगी. ले जाऊँगी ना तुम्हें मेरे नाल. 100%. Of course. मैं पूछ लाना हूँ तो टीवी ते तो क्या ही दोगे. 100%. 100%. तो चलने वाले बनो पहले. Alright, चलो. थैंक यू सो मच मुस्कान एंड नवनीत आरुषि एंड पंकज सर, बहुत बहुत शुक्रिया. और अज का यह शो थोड़ा किस तरह का लग्या, स्पेशली साड़ी स्टारकास्ट फिल्म की थोड़ा किस तरह की लगी, तुसी सानू info@justbroadcasting.com ते मेल करके जरूर दसना. वंस अगैन थैंक यू सो मच पार्ट ऑफ दिस शो और इस हाई एंड यारिया की डोज के लिए. थैंक यू जी. थैंक यू. सत श्री अकाल जी. मिलते हैं आप कल फिर दोबारा. तुसी जुड़े रहो इसी तरह जस्ट पंजाबी दे नाल. ओके, बाय बाय एंड वंस अगेन हाय एंड यारिया. बाय फेब.